ਤਿਉਹਾਰ ਨੇ ਸਾਨੂੰ ਹੈ ਜਨਮ ਦਿੱਤਾ ਗੁਰ ਦੀ ਮਿਲੀਏ ਖੰਡੇ ਦੀ ਧਾਰ ਵਿੱਚੋਂ ਗੁਰ ਦੀ ਮਿਲੀਏ ਖੰਡੇ ਦੀ ਧਾਰ ਵਿੱਚੋਂ ਸਿੱਖੀ ਸਿਰਕ ਤੇ ਸਿਰ ਦਸਤਾਰ ਸੋਹਣੀ ਸਿੱਖੀ ਸਿਰਕ ਤੇ ਸਿਰ ਦਸਤਾਰ ਸੋਹਣੀ ਸਾਡਾ ਵੱਖਰਾ ਏ ਰੂਪ ਸੰਸਾਰ ਵਿੱਚੋਂ ਆ ਕਵਿਤਾ ਸੁਣੀਏ ਗੁਰਪ੍ਰਸਾਦ ਕੌਰ ਖਾਲਸਾ ਕੋਲੋਂ ਆਏ ਪਟਨੇ ਚੋ ਚੱਲ ਕੇ ਵਿੱਚ ਪੰਜਾਬ ਦੇ ਡੇਰੇ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਪਟਨੇ ਚੋ ਚੱਲ ਕੇ ਵਿੱਚ ਪੰਜਾਬ ਦੇ ਡੇਰੇ ਲਾਏ ਮੰਗ ਕਹਿਣੀ ਕਰਨੀ ਦਾ ਤੰਬੂ ਲਾ ਕੇ ਲੋਕ ਬੁਲਾਏ ਉਹਨੇ ਖਿੱਚ ਲਈ ਤਲਵਾਰ ਮਿਆਨੋ ਬਸ ਫੇਰ ਸਨਾਟਾ ਛਾ ਗਿਆ ਉਹਨੂੰ ਕਹਿੰਦੇ ਅਨੰਦਪੁਰ ਜੀ ਜਿੱਥੇ ਖਾਲਸਾ ਪੰਥ ਕਰਾਣੇ ਸਾਜਿਆ ਪੰਜ ਸੀਸ ਮੈਨੂੰ ਚਾਹੀਦੇ ਤੇ ਫੇਰ ਬੋਲੇ ਮੋੜੇ ਖੜਕੇ ਵੇਖ ਕੇ ਨੰਗੀ ਤਲਵਾਰ ਸਾਰੀਆਂ ਨੀਵੀ ਪਾਲੇ ਡਰਕੇ ਪਹਿਲਾਂ ਉੱਠਿਆ ਦਇਆ ਰਾਮ ਤੇ ਥਾਪੀ ਦੇ ਕੇ ਫੇਰ ਨਿਵਾਜਿਆ ਉਹਨੂੰ ਕਹਿੰਦੇ ਅਨੰਦਪੁਰ ਜੀ ਜਿੱਥੇ ਖਾਲਸਾ ਪੰਥ ਕਰਾਣੇ ਸਾਜਿਆ ਦੂਜੀ ਵਾਰੀ ਮੌਕਮ ਦੀ ਮੌਕਮ ਨੇ ਗੱਜ ਕੇ ਫਤਿਹ ਬੁਲਾਏ ਆਇਆ ਵੇਲਾ ਪਰਖਣ ਦਾ ਨਹੀਂ ਫਿਰ ਸਦਨਾ ਨੀ ਵੀ ਪਾਏ ਦੁਨੀਆ ਮੈਨੇ ਮਾਰੂਗੀ ਇਹਨਾਂ ਕੇ ਕੇ ਹੱਥ ਲਾ ਗਿਆ ਉਹਨੂੰ ਕਹਿੰਦੇ ਅਨੰਦਪੁਰ ਜੀ ਜਿੱਥੇ ਖਾਲਸਾ ਪੰਥ ਕਰਾਣੇ ਸਾਜਿਆ ਕੀ ਕਹਿਣਾ ਧਰਮ ਚੰਦ ਦਾ ਉਹ ਵੀ ਮੌਤ ਮੂਲ ਨਾ ਡਰਿਆ ਸਮਝ ਗਿਆ ਸੀ ਸਾਰੀ ਗੱਲ ਫਿਰ ਸੀਸ ਤਲੀ ਤੇ ਤਰਿਆ ਹੁਣ ਫਿਰ ਪਿੱਛੇ ਹਟਣਾ ਸਭ ਕੁਝ ਕੌਮ ਦੇ ਲੇਖੇ ਲਾ ਗਿਆ ਉਹਨੂੰ ਕਹਿੰਦੇ ਅਨੰਦਪੁਰ ਜੀ ਜਿੱਥੇ ਖਾਲਸਾ ਪੰਥ ਕਰਾਣੇ ਸਾਜਿਆ ਚੌਥੀ ਵਾਰੀ ਹਿੰਮਤ ਦੀ ਉੱਠ ਕੇ ਉਹ ਮੁੱਖ ਫਰਮਾਇਆ ਧਰਮ ਕੌਮ ਲਈ ਮਰ ਜਾਣਾ ਸਾਨੂੰ ਵਧੀਆ ਸਬਕ ਸਿਖਾਇਆ ਕੋਈ ਵਿਰਲਾ ਮਾਂ ਜੰਮਦੀ ਉਹ ਵੀ ਆਪਣੇ ਬੋਲ ਪੁਕਾਰਿਆ ਉਹਨੂੰ ਕਹਿੰਦੇ ਅਨੰਦਪੁਰ ਜੀ ਜਿੱਥੇ ਖਾਲਸਾ ਪੰਥ ਕਰਾਣੇ ਸਾਜਿਆ ਆਇਆ ਵਾਰੀ ਸਾਹਿਬ ਚੰਦ ਦੀ ਹਿੰਮਤ ਕਰਕੇ ਸਜ ਜਕਾਰੇ ਕਰਕੇ ਦੁਨੀਆ ਦੇਖੂਗੀ ਜਦ ਸਜ ਕੇ ਤਰੰਗੇ ਪੰਜ ਪਿਆਰੇ ਅੱਜ ਫਿਰ ਦੇਵ ਕੋਲੀਏ ਦਾ ਵਿਸਾਖੀ ਦਿਨ ਦਾ ਹਾਰ ਸੁਣਾ ਗਿਆ ਉਹਨੂੰ ਕਹਿੰਦੀ ਅਨੰਦਪੁਰ ਜੀ ਜਿੱਥੇ ਖਾਲਸਾ ਪੰਥ ਕਰਾਣੇ ਸਾਜਿਆ ਬੋਲੇ ਸੋਹਣੀ ਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਕੇਸ ਬਖਸ਼ੇ ਗੁਰੂ ਨੇ ਕੇਸ ਬਖਸ਼